ਅੱਜ ਦੀ ਵੀਡੀਓ ਵਿੱਚ ਪੰਜਾਬ ਦੇ ਰਾਜ ਚਿੰਨ ਸਟੇਟ ਸਿੰਬਲ ਆਫ ਪੰਜਾਬ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਪੰਜਾਬ ਰਾਜ ਦੇ ਚਿੰਨ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਸਰਕਾਰ ਦਾ ਚਿੰਨ ਹੈ ਪੰਜਾਬ ਸਰਕਾਰ ਇਸ ਦਾ ਪ੍ਰਯੋਗ ਹਰ ਇੱਕ ਸਰਕਾਰੀ ਦਸਤਾਵੇਜ਼ ਉੱਪਰ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੀ ਜਾਣਕਾਰੀ ਜਿੰਦੇ ਇਸ਼ਤਿਹਾਰਾਂ ਵਿੱਚ ਇਸ ਚਿੰਨ ਦਾ ਪ੍ਰਯੋਗ ਕੀਤਾ ਗਿਆ ਹੈ ਹੁਣ ਅਸੀਂ ਪੰਜਾਬ ਦੇ ਚਿੰਨ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਐਮਬਲਮ ਆਫ ਪੰਜਾਬ ਕਿਹਾ ਜਾਂਦਾ ਹੈ ਦੀ ਵੰਤਰਵਰੀ ਜਾਣਕਾਰੀ ਪ੍ਰਾਪਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਲਾਇਨ ਕੈਪਟਲ ਆਫ ਅਸ਼ੋਕਾ ਬਿਲਕੁਲ ਵਿਸਕਾਰ ਬਣਿਆ ਹੋਇਆ ਹੈ ਜਿਸ ਦੇ ਉੱਪਰ ਇੱਕ ਕਨਕ ਦੀ ਬੱਲੀ ਹੈ ਅਤੇ ਲਾਇਨ ਕੈਪਟਲ ਆਫ ਅਸ਼ੋਕਾ ਦੇ ਹੇਠਾਂ ਦੇਵਨਾਗਰੀ ਲਿਪੀ ਵਿੱਚ ਸਤਿਏ ਮੇਵ ਜੈਤੇ ਲਿਖਿਆ ਹੋਇਆ ਹੈ ਅਤੇ ਇਸ ਦੇ ਹੇਠਾਂ ਦੋ ਕ੍ਰੋਸ ਕੀਤੀਆਂ ਹੋਈਆਂ ਤਲਵਾਰਾਂ ਹਨ ਅਤੇ ਲੁਆਇਨ ਕੈਪੀਟਲ ਆਫ ਅਸ਼ੋਕਾ ਦੇ ਤਿੰਨੀ ਦਸ਼ਮਾ ਵਿੱਚ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਗਵਰਨਮੈਂਟ ਆਫ ਪੰਜਾਬ ਜਾਂ ਪੰਜਾਬ ਸਰਕਾਰ ਲਿਖਿਆ ਹੋਇਆ ਹੈ ਪੰਜਾਬ ਸਰਕਾਰ ਦਾ ਮੋਟੋ ਜਾਂ ਆਦਰਸ਼ ਸਤਿਏ ਮੇ ਜਿੱਤੇ ਹੈ ਇਹ ਲਾਈਨ ਕੈਪੀਟਲ ਆਫ ਅਸ਼ੋਕਾ ਦੇ ហេਠਾਂ ਲਿਖਿਆ ਹੁੰਦਾ ਹੈ ਜਿਸ ਦਾ ਅਰਥ ਹੈ ਸੱਚ ਇਕੱਲਿਆਂ ਜਿੱਤੀ ਜਾਂਦਾ ਹੈ ਇਹ ਸ਼ਬਦ ਜੋ ਦੇਵਨਾਗਰੀ ਲਿਪੀ ਵਿੱਚ ਸਤਿਏਮ ਵਿਜੇਤੇ ਹੈ मुंडक ਉਪਨਿਸ਼ਦ ਵਿੱਚੋਂ ਲਿਆ ਗਿਆ ਹੈ ਇਹ ਭਾਰਤੀ ਰਾਸ਼ਟਰੀ ਚਿੰਨ ਦਾ ਅਨਿਖੜਮਾ ਅੰਗ ਹੈ ਅਤੇ ਭਾਰਤ ਦੀ ਹਰੇਕ ਰਾਂਸ ਦੀ ਉੱਪਰ ਇਹ ਚਿੰਨ ਛਪਿਆ ਹੁੰਦਾ ਹੈ ਲੋਅਨ ਕੈਪੀਟਲ ਆਫ ਅਸ਼ੋਕਾ ਦਾ ਚਿੰਨ ਸਮਰਾਟ ਅਸ਼ੋਕਾ ਦੁਆਰਾ 250 ਬੀਸੀ ਵਿੱਚ ਬਣਾਏ ਗਏ ਅਸ਼ੋਕ ਸਤੰਭ ਤੋਂ ਲਿਆ ਗਿਆ ਹੈ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੇਰ ਦੇ ਤਿੰਨ ਮੂੰਹ ਦਿਖਾਈ ਦੇ ਰਹੇ ਹਨ ਪਰੰਤੂ ਇਹਨਾਂ ਦੀ ਗਿਣਤੀ 4 ਹੈ ਜੋ ਕਿ ਚਾਰੇ ਦਿਸ਼ਾਵਾਂ ਵਿੱਚ ਹਨ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਜਿਸ ਨੂੰ ਅੰਗਰੇਜ਼ੀ ਵਿੱਚ ਬਲੈਕ ਬੱਕ ਕਿਹਾ ਜਾਂਦਾ ਹੈ ਏ ਪੰਜਾਬ ਦੇ ਰਾਜ ਪਸ਼ੂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਹਰਿਆਣੇ ਦਾ ਵੀ ਰਾਜ ਪਸ਼ੂ ਹੈ। ਬਲੈਕਬੱਕ ਆਮ ਤੌਰ ਤੇ ਘਾਹ ਦੇ ਮੈਦਾਨਾਂ ਵਿੱਚ ਪਾਏ ਜਾਂਦੇ ਹਨ ਜਿੱਥੇ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਕਾਲੇ ਹਿਰਨ ਦਾ ਜੀਵਨ ਕਾਲ ਆਮ ਤੌਰ ਤੇ 10 ਤੋਂ 15 ਸਾਲ ਦਾ ਹੁੰਦਾ ਹੈ। ਇਸ ਦੀ ਘਟ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਸਾਲ 1972 ਵਿੱਚ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕਾਲੇ ਹਿਰਨ ਦੇ ਸ਼ਿਕਾਰ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦਾ ਜਲ ਪਸ਼ੂ ਸਿੰਧ ਨਦੀ ਦੀ ਡੋਲਫਿਨ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਇੰਡਸ ਰਿਵਰ ਡੋਲਫਿਨ ਕਿਹਾ ਜਾਂਦਾ ਹੈ ਇਸ ਨੂੰ ਸਮੁੰਦਰ ਦਾ ਸਭ ਤੋਂ ਬੁੱਧੀਮਾਨ ਜਲ ਜੀਵ ਕਿਹਾ ਜਾਂਦਾ ਹੈ। ਇਹ ਤਾਜੇ ਪਾਣੀ ਵਿੱਚ ਰਹਿੰਦੀ ਹੈ। ਇਸ ਨੂੰ ਸਤੰਤਰ ਜੀਵ ਕਿਹਾ ਜਾਂਦਾ ਹੈ ਭਾਰਤ ਵਿੱਚ ਡੋਲਫਿਨ ਗੰਗਾ ਨਦੀ ਵਿੱਚ ਪਾਈਆਂ ਜਾਂਦੀਆਂ ਹਨ ਸੰਸਾਰ ਵਿੱਚ ਡੋਲਫਿਨ ਦੀਆਂ ਟੋਟਲ 40 ਦੇ ਲਗਭਗ ਪ੍ਰਜਾਤੀਆਂ ਹਨ ਜਿਨ੍ਹਾਂ ਵਿੱਚੋਂ 35 ਪ੍ਰਜਾਤੀਆਂ ਡੂੰਘੇ ਮਹਾਸਾਗਰਾਂ ਵਿੱਚ ਰਹਿੰਦੀਆਂ ਹਨ ਅਤੇ 5 ਪ੍ਰਜਾਤੀਆਂ ਨਦੀਆਂ ਵਿੱਚ ਪਾਈਆਂ ਜਾਂਦੀਆਂ ਹਨ ਡੋਲਫਿਨ ਨੂੰ ਸਹਲਨਲੀ ਹਰ 15 ਮਿੰਟਾਂ ਬਾਅਦ ਪਾਣੀ ਦੀ ਸਤ੍ਹਾ ਉੱਪਰ ਆਉਣਾ ਪੈਂਦਾ ਹੈ ਡੋਲਫਿਨ ਹਮੇਸ਼ਾ ਸਮੂਹ ਵਿੱਚ ਰਹਿੰਦੀਆਂ ਹਨ ਇਹ ਮਾਸਾਹਾਰੀ ਜੀਵ ਹਨ ਇੱਕ ਦਿਨ ਵਿੱਚ ਲਗਭਗ ਡੋਲਫਿਨ 14 ਕਿਲੋ ਹੋਰ ਮੱਛੀਆਂ ਨੂੰ ਖਾ ਜਾਂਦੀ ਹੈ ਡੋਲਫਿਨ ਮੱਛੀ ਇੱਕ ਅੱਖ ਖੁੱਲੀ ਰੱਖ ਕੇ ਫੌਂਦੀ ਹੈ ਡੋਲਫਿਨ ਮੱਛੀ ਲਗਭਗ 20 ਫੁੱਟ ਤੱਕ ਛਲਾਂਗ ਲਗਾ ਸਕਦੀ ਹੈ ਤੁਸੀਂ ਅਕਸਰ ਫਿਲਮਾਂ ਨਾਟਕਾਂ ਵਿੱਚ ਦੇਖਿਆ ਹੋਵੇਗਾ ਪੰਜਾਬ ਦਾ ਰਾਜ ਪੰਛੀ ਬਾਜ ਜਿਸ ਨੂੰ ਅੰਗਰੇਜ਼ੀ ਵਿੱਚ ਨਾਰਥਨ ਗਸ਼ਾਕ ਕਿਹਾ ਜਾਂਦਾ ਹੈ ਬਾਜ ਨੂੰ ਤੁਸੀਂ ਅਕਸਰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵਿੱਚ ਦੇਖਿਆ ਹੋਵੇਗਾ ਇਹ ਪੰਛੀ ਤਾਕਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ 15 ਮਾਰਚ 1999 ਤੋਂ ਪਹਿਲਾਂ ਪੰਜਾਬ ਦਾ ਰਾਜ ਪੰਛੀ ਹਪੂਏ ਜਿਸ ਨੂੰ ਪੰਜਾਬੀ ਵਿੱਚ ਚੱਕੀ ਹਰਾ ਕਿਹਾ ਜਾਂਦਾ ਹੈ ਸੀ। ਪ੍ਰੰਤੂ ਬਾਜ ਦੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਬਾਜ ਨੂੰ ਪੰਜਾਬ ਦਾ ਰਾਜ ਪੰਛੀ ਐਲਾਨ ਕਰ ਦਿੱਤਾ। ਬਾਜ 1.6 ਕਿਲੋਮੀਟਰ ਦੀ ਉਚਾਈ ਤੋਂ ਲਗਭਗ 1.5 ਕਿਲੋਮੀਟਰ ਉੱਪਰ ਤੋਂ ਆਪਣੇ ਸ਼ਿਕਾਰ ਨੂੰ ਆਸਾਨੀ ਨਾਲ ਦੇਖ ਸਕਦਾ ਹੈ ਬਾਜ ਚੂਹੇ ਕਿਰਲੀਆਂ ਅਤੇ ਸੱਪ ਦਾ ਸ਼ਿਕਾਰ ਕਰਨਾ ਪਸੰਦ ਕਰਦਾ ਹੈ ਹੁਣ ਪੰਜਾਬ ਵਿੱਚ ਬਾਜ ਲੁप्त ਹੋਣ ਦੇ ਕਿਨਾਰੇ ਹਨ ਪੰਜਾਬ ਦਾ ਰਾਜ ਫੁੱਲ ਗਲੇਡੀਆਰਸ ਜਿਸ ਨੂੰ ਮੈਡੋਨਾ ਲਿਲੀ ਅਤੇ ਲੀਲੀਅਮ ਕੈਂਡੀਡਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਫੁੱਲ ਨੂੰ ਮੱਧ ਪ੍ਰਦੇਸ਼ ਸਰਕਾਰ ਨੇ ਵੀ ਆਪਣਾ ਰਾਜ ਫੁੱਲ ਐਲਾਨ ਕੀਤਾ ਹੋਇਆ ਹੈ। ਪੰਜਾਬ ਦਾ ਰਾਜ ਰੁਖ ਟਾਲੀ ਟਾਲੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਬਲੈਕਬੁਡ ਰੂਜਬੁਡ ਦੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਹਿੰਦੀ ਵਿੱਚ ਟਾਲੀ ਨੂੰ ਸ਼ੀਸ਼ਮ ਕਿਹਾ ਜਾਂਦਾ ਹੈ। ਬਹੁਤ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਟਾਲੀ ਨੂੰ ਸ਼ੀਸ਼ਮ ਲਿਖ ਕੇ ਹੀ ਦਰਸਾਇਆ ਜਾਂਦਾ ਹੈ। ਟਾਲੀ ਦਾ ਪੌਦਾ ਹਵਾਵਾਂ ਤੋਂ ਨਾਈਟ੍ਰੋਜਨ ਸੌਂਖ ਕੇ ਮਿੱਟੀ ਤੱਕ ਪਹੁੰਚਾਉਂਦਾ ਹੈ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਟਾਲੀ ਦਾ ਰੁੱਖ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਪੰਜਾਬ ਦੇ ਰਾਜ ਜੰਨਾ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੇ ਹੋ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਦਾ ਆਦਰਸ਼ ਸਤਿਏ ਮੇਵ ਯਤੇ ਹੈ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ ਜਿਸ ਨੂੰ ਬਲੈਕ ਬੱਕ ਵੀ ਕਿਹਾ ਜਾਂਦਾ ਹੈ ਪੰਜਾਬ ਦਾ ਰਾਜ ਜਲ ਪਸ਼ੂ ਸਿੰਧ ਨਦੀ ਦੀ ਡੋਲਫਿਨ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਐਂਡਸ ਰੀਵਰ ਡੋਲਫਿਨ ਕਿਹਾ ਜਾਂਦਾ ਹੈ ਪੰਜਾਬ ਦਾ ਰਾਜ ਪੰਛੀ ਬਾਜ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਨਾਰਥਰਨ ਗਸ਼ਾਕ ਕਿਹਾ ਜਾਂਦਾ ਹੈ ਪੰਜਾਬ ਦਾ ਰਾਜ ਫੁੱਲ ਗਲੇਡੀਆਲਸ ਜਿਸ ਨੂੰ ਮੈਡੋਨਾ ਲਿਲੀ ਅਤੇ ਲਿਲੀਅਮ ਕੈਂਡੀਡਮ ਦੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਦਾ ਰਾਜ ਰੁੱਖ ਟਾਲੀ ਹੈ ਜਿਸ ਨੂੰ ਸ਼ੀਸ਼ਮ, ਰੋਜਬੁੱਡ ਤੇ ਬਲੈਕਬੁੱਡ ਦੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਹੁਣ ਇੱਕ ਸਭਾਲਵੇਂ ਵੀਡੀਓ ਦੇ ਵਿੱਚੋਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਲਾਇਨ ਕੈਪੀਟਲ ਆਫ ਅਸ਼ੋਕਾ ਦੇ ਹੇਠਾਂ ਦੇਵਨਾਗਰੀ ਲਿਪੀ ਵਿੱਚ ਲਿਖੇ ਸ਼ਬਦ ਸੱਤੇ ਮੇਵਜਤੇ ਕਿਸ ਓਪਨਸ਼ੇਦ ਵਿੱਚੋਂ ਲੈ ਗਏ ਹਨ ਤੁਸੀਂ ਆਪਣਾ ਉੱਤਰ ਕਮੈਂਟ ਕਰਕੇ ਦੱਸ ਸਕਦੇ ਹੋ ਜੇਕਰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤਾਂ ਅਗਲੀ ਵੀਡੀਓ ਅਪਲੋਡ ਹੋਣ ਦਾ ਮੈਸੇਜ ਤੁਹਾਨੂੰ ਮਿਲ ਜਾਏਗਾ